ਨਹੀਂ ਅੱਜ ਦੇ ਪ੍ਰੋਗਰਾਮ 'ਚ ਅਸੀਂ ਜਾਇਜ਼ਾ ਲੈ ਰਹੇ ਹਾਂ ਕਿ ਟੈਕਸਟਾਈਲ ਸੈਕਟਰ ਜਾਂ ਬਾਕੀ ਸਨਅਤਾਂ ਨੇ ਜਿਹੜੀਆਂ ਗੈਸ ਦੀ ਬੰਦਿਸ਼ ਦੀ ਵਜ੍ਹਾ ਤੋਂ ਕਿਸ ਹੱਦ ਤੱਕ ਮੁਤਾਸਰ ਹੋ ਰਹੀਆਂ ਨੇ। ਤਾਜਰਾਂ ਨਾਲ ਅਸੀਂ ਗੱਲਬਾਤ ਕੀਤੀ, ਸਨਅਤਕਾਰਾਂ ਨਾਲ ਗੱਲਬਾਤ ਕੀਤੀ, ਮਾਲਕਾਂ ਨਾਲ ਗੱਲਬਾਤ ਕੀਤੀ, ਮਜ਼ਦੂਰਾਂ ਕੋਲ ਪੁੱਛਿਆ ਕਿ ਉਹਨਾਂ ਦੇ ਸ਼ਬੋ ਰੋਜ਼ ਜਿਸ ਤੋਂ ਗੈਸ ਬੰਦ ਹੋ ਜਾਂਦੀ ਹੈ, ਫੈਕਟਰੀਆਂ ਬੰਦ ਹੋ ਜਾਂਦੀਆਂ, ਕਿਸ ਤਰ੍ਹਾਂ ਦੇ ਗੁਜ਼ਰਦੇ ਨੇ। ਹੁਣ ਅਸੀਂ ਇਹ ਕਿ ਇਹਦੇ ਮਈਸ਼ਤ 'ਤੇ ਕੀ ਅਸਰਾ ਮਰਤਬ ਹੁੰਦੇ ਆ, ਇਸ ਵੱਲ ਨਾਲ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਡਾਕਟਰ ਸ਼ਾਹਿਦ ਜ਼ਿਆ ਸਾਹਿਬ, ਜਿਹੜੇ ਮਾਰੂਫ਼ ਮਾਇਸ਼ੀ ਤਜ਼ੀਆਕਾਰ ਨੇ। ਉਹਨਾਂ ਕੋਲ ਪੁੱਛਣੇ ਆ ਕਿ ਗੈਸ ਦੀ ਬੰਦਿਸ਼ ਦੀ ਵਜ੍ਹਾ ਤੋਂ, ਗੈਸ ਦੀ ਲੋਡ ਸ਼ੈਡਿੰਗ ਦੀ ਵਜ੍ਹਾ ਤੋਂ ਸੰਤਾਂ 'ਤੇ ਕੀ ਅਸਰਾ ਮਰਤਬ ਹੁੰਦੇ, ਮਈਸ਼ਤ ਕਿਸ ਹੱਦ ਤੱਕ ਮੁਤਾਸਰ ਹੁੰਦੀ ਹੈ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਡਾਕਟਰ ਸਾਹਿਬ, ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਕਿ ਇੱਕ ਮੁਲਕ ਦੇ ਅੰਦਰ ਦੇਖਦੇ ਹਾਂ ਕਿ ਸਰਦੀਆਂ ਦੇ ਅੰਦਰ ਗੈਸ ਦੀ ਲੋਡ ਸ਼ੈਡਿੰਗ ਬਹੁਤ ਹੱਦ ਤੱਕ ਵੱਧ ਜਾਂਦੀ ਹੈ, ਜਿੱਥੇ ਘਰੇਲੂ ਸਾਰਫੀਨ ਨੂੰ ਇਹਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ, ਉੱਥੇ ਸਾਡੀਆਂ ਸੰਤਾਂ ਵੀ ਬੰਦ ਹੋ ਜਾਂਦੀਆਂ, ਮੁਤਅੱਦਾ ਫੈਕਟਰੀਆਂ ਬੰਦ ਹੋ ਜਾਂਦੀਆਂ। ਕੀ ਸਮਝਦੇ ਹੋ ਗੈਸ ਦੀ ਲੋਡ ਸ਼ੈਡਿੰਗ ਦੀ ਵਜ੍ਹਾ ਤੋਂ ਸੰਤਾਂ 'ਤੇ ਕੀ ਅਸਰਾ ਮੁਰੱਤਬ ਹੁੰਦੇ ਨੇ, ਮਈਸ਼ਤ 'ਤੇ ਜਿਹੜੀ ਉਹਦੇ 'ਤੇ ਕਿਤਨੇ ਮਨਫੀ ਹੈ ਜਿਹੜਾ ਅਸਰ ਪੈਂਦਾ? ਬਹੁਤ ਸ਼ੁਕਰੀਆ ਜਨਾਬ। ਗੁਜ਼ਾਰਿਸ਼ ਹੋਵੇ ਕਿ ਨੈਚੁਰਲ ਗੈਸ ਜਾਂ ਜਿਹੜੀ ਥਰਮੋਜੈਨਿਕ ਗੈਸ ਹੈ ਔਰ ਦੂਸਰੀ ਬਾਇਓਗੈਸ ਹੈ, ਦੋ ਹੀ ਕਿਸਮ ਦੀਆਂ ਗੈਸਾਂ ਨੇ। ਅਗਰ ਸਾਨੂੰ ਮਸਲਾ ਪੈ ਰਿਹਾ ਉਹ ਥਰਮੋਜੈਨਿਕ ਗੈਸ ਦਾ, ਇਹ ਉਹ ਗੈਸ ਹੈ ਜਿਹੜੀ ਕੁਦਰਤੀ ਤੌਰ 'ਤੇ ਦੱਬੀ ਹੋਈ ਹੈ ਅਤੇ ਉੱਥੋਂ ਇਹ ਨਿਕਲਦੀ ਪਈ ਹੈ। ਸਾਡੇ ਕੋਲ ਬੇਸ਼ੁਮਾਰ ਇਹਦੇ ਜ਼ਖਾਇਰ ਨੇ। ਬਦਕਿਸਮਤੀ ਇਹ ਵੇ ਕਿ ਅਸੀਂ ਇਹਨੂੰ ਬਜਾਏ ਇੰਡਸਟਰੀ ਨੂੰ ਯੂਜ਼ ਕਰਨ ਵਾਸਤੇ, ਅਸੀਂ ਖਾਣਾ ਪਕਾਉਣ ਵਾਸਤੇ ਜ਼ਿਆਦਾ ਯੂਜ਼ ਕੀਤਾ। ਇਹ ਦੁਨੀਆ 'ਚ ਕਿੱਥੇ ਵੀ ਨਹੀਂ ਇਸ ਤਰ੍ਹਾਂ ਇੰਨੇ ਆਮ ਤਰੀਕੇ ਨਾਲ ਹੁੰਦਾ। ਇਹ ਗੈਸ ਇੰਨੀ ਅੱਛੀ ਗੈਸ ਹੈ, ਇਹਨੂੰ ਕਲੀਨ ਗੈਸ ਕਹਿੰਦੇ ਹਾਂ ਜੀ। ਔਰ ਕਲੀਨ ਗੈਸ ਜਿਹੜੀ ਹੈ ਇਹ ਇੰਡਸਟਰੀ ਵਾਸਤੇ ਜ਼ਿਆਦਾ ਸੂਦਮਦ ਹੁੰਦੀ ਹੈ, ਕਿਉਂਕਿ ਇਹ ਤੁਹਾਡੀ ਮਾਸ਼ੀ ਹਾਲਾਤ ਨੂੰ ਬਿਹਤਰ ਬਣਾਉਂਦੀ ਹੈ ਅਤੇ ਖਾਣਾ ਪਕਾਉਣ ਵਾਸਤੇ ਇਹਨੂੰ ਤਰਜੀਹ ਨਹੀਂ ਦਿੰਦੇ। ਬਦਕਿਸਮਤੀ ਨਾਲ ਸਾਡੇ ਮੁਲਕ 'ਚ ਕਾਨੂੰਨ ਐਸਾ ਬਣਿਆ ਹੈ ਕਿ ਅਗਰ ਗੈਸ ਦੀ ਕਿੱਲਤ ਹੋਵੇ ਅਤੇ ਜਿਹੜੇ ਸਨਅਤੀ ਸਾਡੇ ਹੈ ਨੇ ਜ਼ਰੂਰਤਮੰਦ, ਉਹਦੀ ਬਜਾਏ ਅਸੀਂ ਘਰੇਲੂ ਸਾਰਫੀਨ ਨੂੰ ਤਰਜੀਹ ਦਿੰਦੇ ਹਾਂ। ਔਰ ਲਿਹਾਜ਼ਾ ਜਦੋਂ ਵੀ ਪ੍ਰੋਬਲਮ ਪਈ ਹੈ ਸਰਦੀਆਂ, ਜਿਸ ਵੇਲੇ ਗੈਸ ਦੀ ਇਸਤੇਮਾਲ ਹੋਈ ਹੈ ਅਤੇ ਅਸੀਂ ਉਹਨੂੰ ਇੰਡਸਟਰੀ ਤੋਂ ਮਹਿਰੂਮ ਕਰਤਾ। ਹੁਣ ਇੰਡਸਟਰੀ 'ਚ ਜ਼ਿਆਦਾਤਰ ਇਸਤੇਮਾਲ ਇਹਦਾ ਜੀ ਫਰਟੀਲਾਈਜ਼ਰ ਸੈਕਟਰ, ਖਾਦ ਦੇ ਸੈਕਟਰ 'ਚ, ਔਰ ਖਾਦ ਦੇ ਸੈਕਟਰ 'ਚ ਇਹਦਾ ਇਸਤੇਮਾਲ ਬਹੁਤ ਹੀ ਇੰਪੋਰਟੈਂਟ ਹੈ। ਅਤੇ ਜਿਹੜਾ ਮਸਲਾ ਹੁਣ ਹੈਗਾ ਤੁਹਾਡਾ ਟੈਕਸਟਾਈਲ ਦਾ ਜਾਂ ਹੋਰ ਕਿਹੜੀ ਵੀ ਸਨਅਤ ਦਾ, ਅਤੇ ਇਹ ਸਿਰਫ ਦੁਨੀਆ ਦੀ ਵਾਹਿਦ ਤਵਾਨਾਈ ਨਹੀਂ ਹੈ ਜਿਹਦੇ ਨਾਲ ਇੰਡਸਟਰੀ ਚੱਲਦੀ ਹੈ, ਅਸੀਂ ਇਹਨੂੰ ਬਣਾ ਲਿਆ ਹੈ ਕਿ ਇਸ ਤੋਂ ਇਲਾਵਾ ਅਸੀਂ ਕੰਮ ਨਹੀਂ ਕਰਨਾ। ਤੁਸੀਂ ਦੇਖ ਲਓ ਗੱਡੀਆਂ ਤੁਹਾਡੀਆਂ ਤਮਾਮ ਜਿਹੜੀਆਂ ਨੇ, ਤੁਸੀਂ ਹੈਰਾਨ ਹੋਵੋਗੇ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ CNG 'ਤੇ ਚੱਲਦੀ ਅਗਰ ਗੱਡੀ ਹੈ ਤਾਂ ਉਹ ਪਾਕਿਸਤਾਨ 'ਚ ਚੱਲਦੀ, ਔਰ ਦੂਸਰੇ ਨੰਬਰ 'ਤੇ ਅਰਜਨਟੀਨਾ, ਔਰ ਤੀਸਰੇ ਨੰਬਰ 'ਤੇ ਬ੍ਰਾਜ਼ੀਲ। ਔਰ ਬ੍ਰਾਜ਼ੀਲ ਨੇ ਇਹ ਕੰਮ ਸ਼ੁਰੂ ਕੀਤਾ ਸੀ, ਹੁਣ ਪਾਕਿਸਤਾਨ ਬਹੁਤ ਜ਼ਿਆਦਾ ਨੰਬਰ ਦੇ ਹੈ ਨੇ ਔਰ ਇਹ ਤਾਦਾਦ ਜਿਹੜੇ CNG। ਹੁਣ ਇਹ ਕਲੀਨ ਗੈਸ ਹੈ, ਤੁਹਾਡੀ ਐਟਮੋਸਫੀਅਰ ਵਾਸਤੇ ਬਹੁਤ ਅੱਛਾ ਹੈ, ਲੇਕਿਨ ਸਾਡੀ ਇੰਡਸਟਰੀ ਤਬਾਹ ਹੋ ਰਹੀ ਹੈ। ਅੱਛਾ ਸਰ, ਇੰਡਸਟਰੀ ਜਿਸ ਵਕਤ ਅਸੀਂ ਗੱਲ ਕਰਨੀ ਸੂਈ ਨਾਦਰ ਨਾਲ, ਉਹ ਕਹਿੰਦੇ ਅਸੀਂ 9 ਮਹੀਨੇ ਦਾ ਐਗਰੀਮੈਂਟ ਕੀਤਾ ਹੋਇਆ, ਕਿਆ ਐਗਰੀਮੈਂਟ 9 ਮਹੀਨੇ ਦਾ ਕਰਕੇ ਸਨਅਤਾਂ ਨੂੰ ਗੈਸ ਤੋਂ ਮਹਿਰੂਮ ਕਰ ਦੇਣ ਨਾਲ ਸਨਅਤ 'ਤੇ ਕੀ ਅਸਰ ਮਰਤਬ ਹੋਇਆ, ਕਿਤਨੀ ਇਹਦੀ ਗਰੋਥ ਜਿਹੜੀ ਉਹ ਮੁਤਾਸਰ ਹੁੰਦੀ ਹੈ? ਗੁਜ਼ਾਰਿਸ਼ ਹੋਵੇ ਕਿ ਤੁਹਾਡੇ ਮੁਲਕੀ ਹਾਲਾਤ ਇਸ ਵੇਲੇ ਬਿਲਕੁਲ ਜ਼ਵਾਲ 'ਤੇ ਜਾ ਰਹੇ ਨੇ, ਸਾਡੀ ਤਰੱਕੀ ਤਾਂ ਹੋ ਹੀ ਨਹੀਂ ਰਹੀ, ਬਲਕਿ ਇਸ ਵੇਲੇ 1-2% ਤੁਹਾਡੇ ਜਿਹੜੇ ਨੇ ਅਦਾਦੋਸ਼ੁਮਾਰ ਜਿਹੜੇ ਨੇ ਸਟੇਟ ਬੈਂਕ ਦੇ ਵੀ, ਇਕਨੋਮਿਕ ਮਿਨਿਸਟਰੀ ਦੇ ਵੀ, ਉਹ ਵੀ ਕਹਿੰਦੇ ਨੇ 3% ਸਾਡੀ ਤਰੱਕੀ ਹੋ ਰਹੀ ਹੈ। ਮੇਰੇ ਹਿਸਾਬ ਨਾਲ ਤਰੱਕੀ 0% ਹੋ ਰਹੀ ਹੈ, ਔਰ ਜਿਸ ਵੇਲੇ 0% ਹੋ ਰਹੀ ਹੁੰਦੀ ਇਹਦਾ ਮਤਲਬ ਹੈ ਨੈਗੇਟਿਵ ਹੋ ਰਹੀ ਹੈ। ਹੁਣ ਨੈਗੇਟਿਵ ਤਰੱਕੀ ਦੇ ਮਤਲਬ ਇਹ ਵੇ ਕਿ ਅਸੀਂ ਇੱਕ ਤਾਂ ਸਾਡਾ ਬੈਲੈਂਸ ਔਫ ਡੈਟ ਪੇਮੈਂਟਸ ਬਹੁਤ ਜ਼ਿਆਦਾ ਹੈ, ਆਪਣਾ ਦਰਾਮਦ ਔਰ ਬਰਾਮਦ ਵਿੱਚ ਬਹੁਤ ਜ਼ਿਆਦਾ ਫਰਕ ਹੈ, ਅਤੇ ਸਾਡੀ ਹੁਣ ਜਿਹੜੀ ਇੰਡਸਟਰੀ ਹੈ ਉਹ ਟੋਟਲੀ ਅਸੀਂ ਡਿਪੈਂਡੈਂਟ ਕਰਤੀ ਹੋਈ ਹੈ CNG 'ਤੇ। ਆਲਟਰਨੇਟਿਵ ਰਿਸੋਰਸ ਅਸੀਂ ਨਹੀਂ ਸੋਚੇ, ਕੋਇਲਾ ਵੀ ਹੈ, ਅਸੀਂ ਕਹਿੰਦੇ ਕੋਇਲੇ ਸਰਫਲ ਬਹੁਤ ਜ਼ਿਆਦਾ ਹੈ, ਲੇਕਿਨ ਉਹਦਾ ਵੀ ਨਹੀਂ ਹੱਲ ਲੱਗਿਆ। ਲੋਕ ਕੋਇਲੇ ਤੋਂ ਨੈਚੁਰਲ ਗੈਸ ਵੀ ਬਣਾ ਰਹੇ ਨੇ, ਕਿ ਵੀ ਕੋਇਲੇ ਦੀ ਕੰਬੈਸ਼ਨ ਤੋਂ 1920 ਤੋਂ ਬਣਦੀ ਪਈ ਦੁਨੀਆ ਦੇ ਵਿੱਚ ਹੈ, ਕਿ ਗੈਸ ਬਣਾਉਣ ਦੇ ਹੋਰ ਵੀ ਤਰੀਕੇ ਨੇ, ਸਿਰਫ ਨੈਚੁਰਲ ਗੈਸ ਹੀ ਤਰੀਕਾ ਨਹੀਂ ਹੈ। ਦੂਸਰਾ ਬਿਜਲੀ ਹੈ, ਹੁਣ ਬਿਜਲੀ ਵੀ ਬਣਦੀ ਹੈ ਗੈਸ ਦੇ ਨਾਲ, ਅਸੀਂ ਖਾਣਾ ਪਕਾ ਰਹੇ ਹਾਂ, ਅਸੀਂ ਗੱਡੀਆਂ ਚਲਾ ਰਹੇ ਨੇ। ਇਹ ਬੈਸਟ ਯੂਜ਼ ਨਾ ਹੋਣ ਦੀ ਵਜ੍ਹਾ ਨਾਲ ਸਾਨੂੰ ਸ਼ੋਰਟੇਜ ਆਈਆਂ, ਕਿਉਂ ਕਿ ਸਾਡੀ ਪਾਪੂਲੇਸ਼ਨ ਦੇ ਉੱਤੇ ਕੋਈ ਕੰਟਰੋਲ ਨਹੀਂ, 3% ਦੇ ਉੱਤੇ ਅਸੀਂ ਗਰੋ ਕਰ ਰਹੇ ਹਾਂ, ਗੈਸ ਦੇ ਸਹਾਇ ਰਹੇ ਨੇ, ਜਿੰਨਾ ਕੰਜ਼ੂਮ ਕਰ ਰਹੇ ਹਾਂ ਉਸ ਤੋਂ ਜ਼ਿਆਦਾ ਅਸੀਂ ਪ੍ਰੋਡਿਊਸ ਨਹੀਂ ਕਰ ਰਹੇ ਹੁਣ। ਅੱਛਾ ਸਰ, ਤੁਸੀਂ ਇਹ ਦੱਸੋ ਕਿ ਗੈਸ ਮਤਲਬ ਕਿ ਜਿਸ ਤਰ੍ਹਾਂ ਲੋਡ ਸ਼ੈਡਿੰਗ ਹੁੰਦੀ ਹੈ, ਕਿਆ ਜ਼ਿਆਦਾ ਕਨੈਕਸ਼ਨ ਦੇਣ ਦੀ ਵਜ੍ਹਾ ਤੋਂ ਹੈ, ਜਾਂ ਉਸ ਤੋਂ ਬਾਅਦ ਇਹਨਾਂ ਦਾ ਕੋਈ ਹੈ ਕਿ ਮੈਨੇਜਮੈਂਟ ਨਹੀਂ ਹੈ, ਕੋਈ ਅਸੂਲੋ ਜ਼ਵਾਬਤ ਨਹੀਂ, ਕੋਈ ਪੋਲਿਸੀਆਂ ਨਹੀਂ ਹੈ, ਕਿ ਪਹਿਲੇ ਸੋਚਿਆ ਨਹੀਂ ਕਿ ਕਿਸ ਤਰ੍ਹਾਂ ਕਨੈਕਸ਼ਨ ਦੇਣੇ, ਦੜਾ ਦੜ ਕਨੈਕਸ਼ਨ ਦਿੱਤੇ ਗਏ ਅਤੇ ਉੱਧਰ ਪ੍ਰੋਡਕਸ਼ਨ ਵਾਲੇ ਇਹਨਾਂ ਨੇ ਕੋਈ ਤਵੱਜੋ ਨਹੀਂ ਦਿੱਤੀ?
گزارش ہے کہ ساڑا ملک تباہ ہو کیوں رہا؟ تباہ اس لیے ہو رہا ہے کہ جڑا اقتدار تے بیٹھے نے، جڑے ادارے چلا رہے نے، کیا وہ اہل ہیں؟ انہوں کو کیا اے بنیادی تعلیم ہے کہ اس انڈسٹری دے اتنے بیٹھے نے جڑے بلو آئیڈ وائڈ ہوندے نے، انہوں نے تسی کسی بھی چیز دا چیئرمین لا دیں، تھوڑے سامنے او جی ڈی سی ایل دا ایشو ہے، تھوڑے سامنے پی آئی اے دا ایشو ہے، تھوڑے سامنے ہور بھی ہیں، کہ وہ یہ نہیں دیکھتے کہ کیا انہیں جو صلاحیت ہے کہ اس ادارے نو چلا سکن اور ملک واسطے بہتری، وہ کدے بھی نہیں سوچتے۔ ہوں گزارش ہے بھی کہ یہ حل یہ نہیں ہے کہ اسی جلوس کھیے تو نہ ٹائر جلائیے کہ جی سانو نہیں ملتا پیا، یہ تو حل لبنا ہے۔ حل کی گا؟ آلٹرنیٹو ریسورسز دیکھن کہ یہ کس طرح اسی بنا، کوئلے تو گیس بنا لیے اسی، وہ حل دیکھ لیے، یا انہوں فیول تے چلا لیے اپنا۔ ہوں لوگ انرجیز لا رہے ہیں، جڑے سمجھدار لوگ انہوں نے اپنی انرجیز لا، اگر اسی یہی روندے رہے کہ جی گیس نہیں، گیس تو ساری دنیا نو سانو پتا ہے کہ گیس نہیں ہے، شارٹیج ہے، اور یہ ودے گی، شارٹیج کٹے گی نہیں، ٹھیک ہے، جہاں بجلی کی شارٹیج کٹے گی نہ گیس کی۔ سو یہ حل کی ہے؟ رونا یہ حل نہیں ہے، یہ حل ہے کہ یہ مطلب ہوتا ہے کہ آلٹرنیٹو تھوڑے کول کی نے، آلٹرنیٹو تھوڑے کول پھر کوئلے کے ذخائر کے حوالے نہ لے کے بھی کوئلے کے ذخائر نہ لیا تو اسی گیس بنا لیے، یا اسی کوشش کیجئے کریے کہ اسی جڑی ٹرانسپورٹیشن اینی زیادہ سڑکاں تے ہے انہوں کٹائیے۔ ساری دنیا چ بگر سٹیز دے وچ قانون ہوندا ہے کہ وہ اکلا بندہ اگر گڈی چلا رہا انہوں سڑک تے نہیں آن دیندے، نہیں تو جرمانہ کرتے ہیں۔ سو اتنے میں شام نو جس جانا 6-7 بجے ہر گڈی چ موسٹلی ایک آدمی بیٹھا ہوندا، تے اگر گڈیاں نو دیکھیے تو ریسیشن نہیں ہے، گڈیاں سرمایہ دار کول لگی ہیں، سیلڈ آدمی کول نہیں ہے، تو یہ مطلب ہے کہ اتنا بھی زیادہ رولا جڑا پایا جا رہا ہے شاید اتنا نہیں ہے۔ دوسری گل ہے کہ اگر انڈسٹری ہے تو فرٹیلائزر کی بھی پرابلم ہے، ہور جگہ تو فرٹیلائزر بڑا اچھا چل رہا ہے، اگر کوئی پرابلم ہے وہ حل لبو۔ حل میں بار بار دس رہے ہیں آلٹرنیٹو انرجی ریسورسز نے، وہ بندہ سوچے بجائے دے کہ گیس تو سانوں پتا ہے، تمہیں بھی پتا ہے، مینوں بھی پتا ہے کہ گیس نہیں گی۔ سر تسی دسو تسی کیا کہ متبادل توانائی دے ذرائع نے جڑے ای اس مسئلے دا حل نے؟ کیا پاکستان دے اندر جڑے گیس دے ذخائر رہن نے وہ پاکستان دی طلب ہے جڑی عوام دی انہوں پورا نہیں کر سکتے؟ دیکھو دنیا سب تو زیادہ اگر ذخائر نے وہ رشیا چ نے، اس تو بعد قطر اس نے، اس تو بعد سعودی عربیہ چ نے، وہ بعد یو ای اے اس نے، پاکستان اچ بہت زیادہ ذخائر نے۔ یہ 1920 تو اسی کٹتے پے ہیں، 1930 تو، 1980 تو اسی زیادہ اس تے کام شروع کیتا، بہت ساری کمپنیز اتنے ذخائر تے کام کر، انڈس بیسن درنال دے وچ، مڑی دے علاقے دے وچ، سوئی دے علاقے چ بہت زیادہ گیس ہے جی۔ ہن گیس ایکسپلوریشن واسطے جڑے باہر دے لوکی نے انہاں نوں وی کوئی سیکیورٹی چاہیدی ہے کہ کیا وہ ایتھے آ کے سکون نال آ کے ایکسپلوریشن، انہاں دی فیملیز نے وہ نہیں انہاں نوں آن دیندے، انجینئرز نے انہاں نوں کہندے کہ بہتر تسی ایتھے کام کرو بجائے اتھے جان دیندے، ایک تے سیکیورٹی لا اینڈ آرڈر سچویشن دے وچ نال، تسی ریکوڈنگ دا وی ایشو تھوڑے سامنے کہ اتھے چائنیز انجینئر سی انہاں دی پرابلمس بنی۔ سملرلی اے گیس زیادہ ہے ہی یا تے انڈس بیسن درنال دے ایریا چ یا مڑی یا سوئی دے ایریا، ہن ایتھے ایکسپلوریشن ہو رہی ہیں کام زیادہ کی ہوندے نے ایدے چ، وہ دیکھنا کہ جی گیس ویل ہیڈ دے اتنے کنی کنی گیس اویلیبل، گیس بہت زیادہ ہے، وہ دی یوٹیلیٹی کی ہے، وہ دی استعمال کی ہے، بے جا استعمال دی وجہ نال تہاڈی جس ویلے تہانوں پرابلم پروڈکشن دی ہوندی ہے تے پھر تسی کنزمپشن نو ریڈیوس کر دیو۔ ہن میں دیکھنا لوکاں نو کہ اچھے والے درخت جڑے نے انہاں دی چھال بھی اتار دے پے نے تاکہ وہ فائر ووڈ دے طور تے بالن دے طور تے استعمال کرن، اے دا نقصان پھر اے ہوئے گا کہ تہاڈا جڑا نیچرل انوائرمنٹ درخت نے اے لوکی وڈ وڈ کے استعمال کرن گے فائر ووڈ۔ حل میں سمجھنا جی کہ یہ تھوڑے کول تھر دے وچ دنیا دا سیکنڈ بگیسٹ کول ریزروز موجود نے، وہ دی ٹریٹمنٹ کرن، انہوں استعمال کرن بجائے اے دے کہ اے دے اتے اسی بیٹھے رہیے کہ جی ہن گیس ساڈے کول نہیں ہے۔ سو میں سمجھنا کوئل کول جڑا ہے وہ ٹرانسفارمیشن انٹو گیس، یا گیس دے نال بجلی جڑی بنتی ہے انہوں یوٹیلائز کرنے، کیونکہ تسی تھرمل بجلی بھی نہیں پیدا کر رہے، تسی ہائیڈرو بجلی پیدا کر رہے، وہ بھی اسی ڈیم دے اتنے بیٹھے ہیں، چھوٹا ڈیم تھوڑے کول کوئی نہیں، یا تو چھوٹے ڈیمز بن وہ نال تھوڑے کول ریسورس ہیں دنیا چ، بجلی دے اتنے کھانے پکتے ہیں سب جگہ، لیکن گیس نو اس طرح بے دردی نال استعمال نہیں کرتے کہ تسی گڈیاں نے، یہ بھی تسی دیکھنا 5-10 سال بعد گڈیاں دا جڑا بیڑا غرق ہوئے گا گیس استعمال دی وجہ نال، کیونکہ کمپریشن کٹ ہوندی نے، وہ الگ خرابی ہوئے گی لوکاں نوں جڑی سیونگ کر رہے ہیں، یہ بعد انہوں نے ریئلائز کرن گے یہ سارا نقصان ہو گیا، گڈیاں ساریاں خراب ہون گیا، اس لیے لوگ نہیں استعمال کرتے۔ اچھا سر آخری سوال، کہ تسی اپنے آپ نو ایک صنعت کار، اگر تسی مطلب کہ کوئی کارخانے دے مالک ہوندے تو انہوں اس طرح گیس دی لوڈ شیڈنگ دا سامنا کرنا پیندا، تے ٹوڑا کی لاہے عمل ہونا سی؟ تے دوسری سائڈ تے تسی یہ بھی دسو کہ اگر تہنوں ایک وزارت دے دیتی جائے جیڑی گیس نو مینیج کرے، تے تسی کی لاہے عمل اپناؤ گے؟ گل ہے کہ پہلے یہ دیکھنا چاہیے کہ گیس دے کنیکشنز صحیح دیتے ہیں کہ پرائرٹی بیس تے انہوں نے گیسز دیتی ہیں کہ کیا
मेरिट के उत्ते गैस के कनैक्शन दिते हैं और क्या उन्होंने बिल पे हो रहे हैं कि उसदे च भी थैफ्ट है, नंबर एक, क्योंकि एक तो यह चीज़ है। दूसरा, हर चीज़ के विच तुहाडे कोल हुण वेलहेड के उत्ते अगर तुहाडा फैक्टर हैगा कि इहदे उत्ते सप्लाई एंड डिमांड के उत्ते तुहाडा जिहड़ा पेट्रोल है उसकी प्राइस डिटर्मिन होती है, लेकिन गैस के विच इस तरह नहीं है। अगर गैस के विच सुई गैस कंपनीज मार्केटिंग कंपनीज नूं भी इही रिसोर्सिज दित्तियां जाण कि भाई ठीक है डिमांड और सप्लाई के हिसाब नाल तुसीं प्राइसिस फिक्स करो, तो फिर जिहड़ी एड्डी बेदर्दी नाल असीं चलांदे रहिंदे आ गैस नूं, वो शायद असी सोचिए कि इहदी कंजम्पशन किस तरह कम है, एक तो यह चीज़। दूसरा गल है कि इंडस्ट्री होने के नाते की होर हल हो सकता है, ऑल्टरनेटिव एनर्जी रिसोर्स की यूटिलिटी के बारे सोचने, लोग सोलर भी ला रहे हैं, लोग अपना इन हाउस पावर प्लांट्स भी ला रहे हैं ताकि बिजली मिले और बड़े सक्सैसफुल जा रहे हैं और बल्कि एक्सैस बिजली पैदा करके छोटी छोटी सनातों पैदा भी कर रहे हैं। साढ़े बहुत बड़े बड़े ग्रुप्स ने थोड़े पंजाब तो बहुत ज़्यादा थोड़े सामने ने, वो गैस प्रोड्यूस कर दें छोटे मिल्स ने भी। दूसरी चीज़ है वे कि इहदा हल मेरे कोल तो इहो ही है जी कि इहदी पहले कोई इहदा कोई ऐसा लाए अमल बनाया जाए कि गैस प्रोडक्शन की नहीं है, क्या असी वाकई लिजिटमेट कनैक्शन दिते ने कि गैस की चोरी हो रही है और फिर सिर्फ प्रेफरेंस मैं इंडस्ट्री नूं दवां डोमैसटिक नूं ना दवां। सनअतकार हो अगर कारखाने के मालिक हो तो तुसी मुतवाद कि जरूरी नहीं होंगी कि अगर सनअत के कोई प्रॉब्लम्स पै रही फिर सानू यह भी सोचना चाहिए सैकंड डिफेंस लाइन हर चीज़ की होनी चाहिए कि भाई ये असी प्रॉब्लम चाहिए तो कोई होर बिजनेस के बारे भी सोच सकते हैं कि अगर प्योरली असी गैस से डिपेंडेंट तो गैस के इंप्रूवमेंट अगले साल तो नहीं आनी जी, ये बड़ा लोंग टर्म इशू है। नवे गैस रिजर्व निकलणगे तो गैस आएगी, वो वजह असी अगर बैठे रहेंगे कि जी गैस नहीं आ रही बिजनेस ठप है तो असी मर जाएंगे। नज़रीन डॉक्टर शाहिद ज़िया साहब नाल साडी गलबात हुई, उन्होंने कहना है कि जदों तक मुतबादल तवानाई के ज़राए इस्तेमाल नहीं किए जाते उदों तक मुल्क के अंदर मईशत का पहिया जिहड़ा अच्छे तरीके नाल नहीं चल सकता। हुण देखना है कि कदों यह जिहड़ा साडे हुक्मरानां की प्रायोरिटी मईशत आएगी ताकि साडे लोग खुशहाल होण, ते कदों यह जिहड़ा सनअतकार ते सरमायाकार ने जिहड़े मुतबादल तवानाई के ज़राए वल जांदे ने, उस वेले दा तुहानूं इंतज़ार है ते मैं भी इंतज़ार करना।